ਤੁਹਾਡੀ ਐਡੀ ਸੋਹਣੀ ਸ਼ਕਲ ਦੇਖ ਕੇ ਤੇ ਮੈਂ ਕਾਹਦੇ ਲਈ ਕੰਬਣਾ ਚਾਚਾ ਜੀ, ਪਰ ਮੈਨੂੰ ਖਾਕੀ ਵਰਦੀ ਕੋਲੋਂ ਬੜੇ ਡਰ ਲੱਗਦਾ। ਅਸਲਾਮ ਵਾਲੇਕੁਮ, ਹੱਸਦੇ ਰਹੋ ਵਸਦੇ ਰਹੋ, ਮੈਂ ਤਾਰਕ ਸਾਨੀ ਅਤੇ ਤੁਸੀਂ ਵੇਖ ਰਹੇ ਹੋ ਮੇਰਾ ਯੂਟਿਊਬ ਚੈਨਲ ਰੈਬਰ ਇੰਟਰਟੇਨਮੈਂਟ ਪਲੱਸ। ਸੁਲਤਾਨ ਰਾਜ ਦੀ ਬੜੀ ਜ਼ਬਰਦਸਤ ਫਿਲਮ ਲੈ ਕੇ ਤੁਹਾਡੀ ਖਿਦਮਤ ਵਿੱਚ ਹਾਜ਼ਰ ਹੋ ਰਿਹਾ। ਉਸ ਫਿਲਮ ਦਾ ਨਾਂ ਹੈ ਬਾਗੀ ਸਿਪਾਹੀ। 1986 'ਚ ਰਿਲੀਜ਼ ਹੋਣ ਵਾਲੀ ਇੱਕ ਰੰਗੀਨ ਪੰਜਾਬੀ ਫਿਲਮ ਬਾਗੀ ਸਿਪਾਹੀ। ਇਸ ਫਿਲਮ ਦਾ ਜਿਹੜਾ ਟਾਈਟਲ ਰੋਲ ਹੈ ਅਦਾਕਾਰ ਸੁਲਤਾਨ ਰਾਜ ਨੇ ਅਦਾ ਕੀਤਾ ਹੈ। ਸੁਲਤਾਨ ਰਾਜ ਨੇ ਇਸ ਫਿਲਮ ਦੇ ਅੰਦਰ ਇੱਕ ਲੁਹਾਰ ਦਾ ਕਿਰਦਾਰ ਅਦਾ ਕੀਤਾ ਹੈ ਜਿਸਦਾ ਨਾਮ ਸੁਲਤਾਨ ਹੁੰਦਾ ਹੈ। ਸੁਲਤਾਨ ਚੁੱਕੇ ਗਰੀਬ ਸ਼ਖਸ ਹੁੰਦਾ ਹੈ, ਇਸ ਵਾਸਤੇ ਉਹ ਕੰਮੀ ਕਹਿਲਾਉਂਦਾ ਹੈ। ਆਗਾ ਤਾਲਿਸ਼ ਨੇ ਇੱਕ ਫੌਜ ਦੇ ਸਿਪਾਹੀ ਦਾ ਕਿਰਦਾਰ ਅਦਾ ਕੀਤਾ ਹੈ ਜਿਹੜਾ ਅੰਗਰੇਜ਼ੀ ਫੌਜੀ ਸਿਪਾਹੀ ਹੁੰਦਾ ਹੈ। ਔਰ ਇਸ ਫਿਲਮ ਦੇ ਅੰਦਰ ਮੁਸਤਫਾ ਕੁਰੇਸ਼ੀ ਔਰ ਆਸੀਆ ਦਾ ਜੋੜਾ ਬਣਾਇਆ ਗਿਆ, ਸੁਲਤਾਨ ਰਾਜ ਔਰ ਮੁਮਤਾਜ਼ ਦਾ ਜੋੜਾ ਬਣਾਇਆ ਗਿਆ। ਇਕਬਾਲ ਹਸਨ ਨੇ ਇਸ ਫਿਲਮ ਦੇ ਅੰਦਰ ਹੀ ਗੋ ਕੇ ਘੱਟ ਕੰਮ ਕੀਤਾ, ਲੇਕਿਨ ਚੌਧਰੀ ਬਾਲੇ ਦੇ ਕਿਰਦਾਰ ਵਿੱਚ ਬੜਾ ਹੀ ਜ਼ਬਰਦਸਤ ਪਰਫਾਰਮੈਂਸ ਦਾ ਮੁਜ਼ਾਹਰਾ ਕੀਤਾ ਔਰ ਵਿਲਨ ਟਾਈਪ ਉਸਨੇ ਕੰਮ ਕੀਤਾ ਔਰ ਲਾਜਵਾਬ ਕੰਮ ਕੀਤਾ। ਮੁਸਤਫਾ ਕੁਰੇਸ਼ੀ ਦਾ ਨਾਮ ਇਸ ਫਿਲਮ ਦੀ ਸ਼ੇਰ ਸਿੰਘ ਹੁੰਦਾ ਹੈ ਔਰ ਸ਼ੇਰ ਸਿੰਘ ਔਰ ਪ੍ਰੀਤੋ ਆਸੀਆ ਆਪਸ ਵਿੱਚ ਇੱਕ ਦੂਜੇ ਨਾਲ ਪਿਆਰ ਕਰਦੇ ਨੇ। ਔਰ ਮੁਮਤਾਜ਼ ਦਾ ਨਾਮ ਬਾਲੀ ਹੁੰਦਾ ਹੈ, ਬਾਲੀ ਔਰ ਸੁਲਤਾਨ ਆਪਸ ਵਿੱਚ ਇੱਕ ਦੂਸਰੇ ਨਾਲ ਪਿਆਰ ਕਰਦੇ ਨੇ। ਔਰ ਅਲੀਅਸ ਕਸ਼ਮੀਰੀ ਨੇ ਇਸ ਫਿਲਮ ਦੇ ਅੰਦਰ ਜਰਨੈਲ ਸਿੰਘ ਦਾ ਕਿਰਦਾਰ ਅਦਾ ਕੀਤਾ ਹੈ। ਔਰ ਪਿੰਡੀ 'ਚ ਐਲਾਨ ਹੁੰਦਾ ਹੈ ਕਿ ਰੇਸ ਹੋ ਰਹੀ ਹੈ ਔਰ ਇਸ ਰੇਸ ਵਿੱਚ ਹਰ ਕੋਈ ਹਿੱਸਾ ਲੈ ਸਕਦਾ ਹੈ। ਸ਼ੇਰ ਸਿੰਘ ਔਰ ਇਸ ਤੋਂ ਇਲਾਵਾ ਬਹੁਤ ਸਾਰੇ ਲੋਕ ਰੇਸ ਦੇ ਅੰਦਰ ਹਿੱਸਾ ਲੈਂਦੇ ਨੇ ਔਰ ਸੁਲਤਾਨ ਨੂੰ ਵੀ ਇਹ ਸ਼ੌਕ ਚੜ੍ਹਦਾ ਔਰ ਸੁਲਤਾਨ ਵੀ ਰੇਸ ਵਿੱਚ ਹਿੱਸਾ ਲੈਣ ਵਾਸਤੇ ਪੁੱਛਦਾ ਹੈ। ਜਦੋਂ ਸੁਲਤਾਨ ਰੇਸ ਵਿੱਚ ਪੁੱਛਦਾ ਹੈ, ਜਿਹੜਾ ਸ਼ੇਰ ਸਿੰਘ ਹੁੰਦਾ ਮੁਸਤਫਾ ਕੁਰੇਸ਼ੀ, ਉਸਨੂੰ ਗੁੱਸਾ ਆ ਜਾਂਦਾ ਹੈ। ਉਹ ਕਹਿੰਦਾ ਕਿ ਅਗਰ ਸੁਲਤਾਨ ਰੇਸ ਵਿੱਚ ਹਿੱਸਾ ਲਏਗਾ ਤਾਂ ਉਹ ਇਸ ਰੇਸ ਵਿੱਚ ਹਿੱਸਾ ਨਹੀਂ ਲਏਗਾ ਔਰ ਗੁੱਸੇ 'ਚ ਆ ਕੇ ਰੇਸ ਛੱਡ ਕੇ ਚਲਾ ਜਾਂਦਾ ਹੈ। ਉਸ ਰੇਸ ਦਾ ਜਿਹੜਾ ਇਨਾਮ ਹੁੰਦਾ ਉਹ 2000 ਰੁਪਏ ਇਨਾਮ ਹੁੰਦਾ ਔਰ ਇੱਕ ਜਿਹੜੀ ਚਿੱਟੀ ਘੋੜੀ ਹੈ ਉਹ ਇਨਾਮ ਦੇ ਵਿੱਚ ਦੇਣ ਦਾ ਐਲਾਨ ਹੁੰਦਾ ਹੈ। ਜਰਨੈਲ ਸਿੰਘ ਵੀ ਸੁਲਤਾਨ ਦੀ ਮੁਖਾਲਫਤ ਕਰਦਾ ਹੈ, ਲੇਕਿਨ ਅੰਗਰੇਜ਼ ਕਮਾਂਡਰ ਕਹਿੰਦਾ ਕਿ ਇਹ ਰੇਸ ਵਿੱਚ ਹਿੱਸਾ ਲੈ ਸਕਦਾ ਹੈ। ਹਰ ਖੁਦਾ ਦੀ ਕਰਨੀ ਹੁੰਦੀ ਹੈ, ਸੁਲਤਾਨ ਰੇਸ ਜੀ ਜਾਂਦਾ ਹੈ ਔਰ ਉਹਨੂੰ 2000 ਰੁਪਏ ਇਨਾਮ ਔਰ ਘੋੜੀ ਮਿਲਦੀ ਹੈ। ਜਦੋਂ ਸ਼ੇਰ ਸਿੰਘ ਨੂੰ ਪਤਾ ਚੱਲਦਾ ਕਿ ਸੁਲਤਾਨ ਮੁਕਾਬਲਾ ਜਿੱਤ ਗਿਆ, ਉਹਨੂੰ ਬਹੁਤ ਗੁੱਸਾ ਆਉਂਦਾ ਹੈ ਔਰ ਉਹ ਸੁਲਤਾਨ ਨੂੰ ਲਲਕਾਰਦਾ ਹੈ। ਸੁਲਤਾਨ ਜਿਹੜਾ ਹੁੰਦਾ ਉਹ ਫੌਜ ਵਿੱਚ ਭਰਤੀ ਹੋ ਜਾਂਦਾ ਹੈ ਔਰ ਫੌਜ ਵਿੱਚ ਭਰਤੀ ਹੋਣ ਤੋਂ ਬਾਅਦ ਉਹ ਮਾਜ਼ 'ਤੇ ਚਲਾ ਜਾਂਦਾ ਹੈ। ਮਾਜ਼ 'ਤੇ ਉਹ ਦੁਸ਼ਮਣਾਂ 'ਤੇ ਹਮਲਾ ਕਰਦਾ ਹੈ ਔਰ ਜਿਹੜਾ ਅੰਗਰੇਜ਼ ਕਮਾਂਡਰ ਹੁੰਦਾ ਹੈ, ਚੀਫ ਹੁੰਦਾ ਉਹਨਾਂ ਦਾ, ਉਹ ਉਹਨਾਂ ਨੂੰ ਕਹਿੰਦਾ, ਸਿਪਾਹੀਆਂ ਨੂੰ ਕਹਿੰਦਾ ਕਿ ਤੁਸੀਂ ਅੱਗੇ ਰਹੋ ਔਰ ਜਿਹੜਾ ਖੱਚਰ ਹੈ ਉਸਨੂੰ ਪਿੱਛੇ ਰੱਖੋ, ਕਿਉਂਕਿ ਜਿਹੜਾ ਖੱਚਰ ਹੈ ਉਹ ਤੁਹਾਡੀ ਜਾਨਾਂ ਤੋਂ ਜ਼ਿਆਦਾ ਕੀਮਤੀ ਹੈ। ਇਹ ਗੱਲ ਸੁਣ ਕੇ ਸੁਲਤਾਨ ਨੂੰ ਬਹੁਤ ਗੁੱਸਾ ਆਉਂਦਾ ਹੈ ਔਰ ਸੁਲਤਾਨ ਜਿਹੜਾ ਹੁੰਦਾ ਉਹ ਉਹਨੂੰ ਕਤਲ ਕਰ ਦਿੰਦਾ ਔਰ ਅੰਗਰੇਜ਼ ਦੇ ਖਿਲਾਫ ਬਗਾਵਤ ਦਾ ਐਲਾਨ ਕਰ ਦਿੰਦਾ ਔਰ ਉੱਥੋਂ ਫਰਾਰ ਹੋ ਜਾਂਦਾ ਔਰ ਫਰਾਰ ਹੋ ਕੇ ਉਹ ਮਾਂ ਨੂੰ ਮਿਲਣ ਆਉਂਦਾ। ਇੱਧਰ ਜਿਹੜਾ ਸ਼ੇਰ ਸਿੰਘ ਹੁੰਦਾ, ਸ਼ੇਰ ਸਿੰਘ ਅਤੇ ਪ੍ਰੀਤੋ ਆਪਸ ਵਿੱਚ ਪਿਆਰ ਕਰਦੇ ਨੇ ਅਤੇ ਜਿਹੜਾ ਚੌਧਰੀ ਬਾਲਾ ਹੁੰਦਾ ਇਕਬਾਲ ਹਸਨ, ਉਹ ਬਾਲੀ ਉੱਤੇ ਬੁਰੀ ਨਜ਼ਰ ਰੱਖਦਾ ਔਰ ਬਾਲੀ ਨੂੰ ਚੁੱਕ ਕੇ ਆਪਣੀ ਹਵੇਲੀ ਲਿਆਉਂਦਾ। ਜਦੋਂ ਸ਼ੇਰ ਸਿੰਘ ਨੂੰ ਇਸ ਗੱਲ ਦਾ ਪਤਾ ਚੱਲਦਾ ਉਹ ਜਾਂਦਾ ਔਰ ਬਾਲੀ ਦੀ ਇੱਜ਼ਤ ਬਚਾਉਂਦਾ ਔਰ ਚੌਧਰੀ ਬਾਲਾ ਨੂੰ ਕਤਲ ਕਰ ਦਿੰਦਾ ਔਰ ਬਾਲੀ ਨੂੰ ਭੈਣ ਬਣਾ ਕੇ ਆਪਣੇ ਨਾਲ ਲੈ ਕੇ ਆ ਜਾਂਦਾ। ਜਦੋਂ ਸੁਲਤਾਨ ਮਾਂ ਕੋਲ ਪਹੁੰਚਦਾ ਅਤੇ ਮਾਂ ਉਹਨੂੰ ਦੱਸਦੀ ਹੈ, ਮਾਂ ਦਾ ਜਿਹੜਾ ਕਿਰਦਾਰ ਹੈ ਅਦਾਕਾਰ ਸੀਮਾ ਬੇਗਮ ਨੇ ਅਦਾ ਕੀਤਾ ਅਤੇ ਉਹਦਾ ਨਾਮ ਜਨਤੀ ਆਉਂਦਾ। ਮਾਂ ਉਹਨੂੰ ਦੱਸਦੀ ਹੈ ਕਿ ਸ਼ੇਰ ਸਿੰਘ ਨੇ ਪੁੱਤਰ ਬਣ ਕੇ ਉਸਦੀ ਹਿਫਾਜ਼ਤ ਕੀਤੀ ਹੈ। ਗੁਰਾਂ ਜੀ, ਮੈਂ ਇੱਥੇ ਬੈਠ ਕੇ ਤੇਰੇ ਹੋਣ ਵਾਲੇ ਜ਼ੁਲਮ ਦਾ ਇੰਤਜ਼ਾਰ ਕਰਾਂਗਾ। ਆ ਜਾ, ਕਿਉਂ ਰੰਗ ਇਸ ਭੰਗ ਪਾਨਾ, ਬੜੀ ਹਮਦਰਦੀ ਹੈ ਤੈਨੂੰ। ਉਹ ਹਵੇਲੀ ਜਾਂਦਾ ਔਰ ਸ਼ੇਰ ਸਿੰਘ ਨਾਲ ਮੁਲਾਕਾਤ ਨਹੀਂ ਹੁੰਦੀ। ਫੌਜ ਜਿਹੜਾ ਨਾ ਉਹ ਹਮਲਾ ਕਰ ਦਿੰਦੀ, ਉਹ ਘੇਰਾ ਤੋੜ ਕੇ ਫਰਾਰ ਹੋ ਜਾਂਦਾ। ਇੱਧਰ ਜਿਹੜਾ ਸ਼ੇਰ ਸਿੰਘ ਹੁੰਦਾ ਉਹ ਗ੍ਰਿਫਤਾਰ ਹੋ ਜਾਂਦਾ ਔਰ ਸੁਲਤਾਨ ਥਾਣੇ 'ਤੇ ਹਮਲਾ ਕਰਦਾ ਔਰ ਹਮਲਾ ਕਰਕੇ ਉਹ ਸ਼ੇਰ ਸਿੰਘ ਨੂੰ ਛੁੜਾ ਲੈਂਦਾ ਔਰ ਕਮਾਂਡਰ ਜਿਹੜਾ ਹੁੰਦਾ ਉਹਨਾਂ ਦਾ ਚੀਫ ਜਿਹੜਾ ਹੁੰਦਾ, ਚੀਫ ਦਾ ਕਿਰਦਾਰ ਅਦਾਕਾਰ ਅਫਜ਼ਾਲ ਅਹਿਮਦ ਨੇ ਅਦਾ ਕੀਤਾ।
ਔਰ ਉਹਨੂੰ ਅਗਵਾ ਕਰਕੇ ਆਪਣੇ ਨਾਲ ਲੈ ਜਾਂਦੇ। ਔਰ ਇੱਥੇ ਨਾਜ਼ਰੀਨ ਬੜਾ ਹੀ ਇੱਕ ਜ਼ਬਰਦਸਤ ਸੀਨ ਹੈ। ਸੁਲਤਾਨ ਰਈ ਜਿਹੜਾ ਆਉਂਦਾ, ਸੁਲਤਾਨ ਉਹ ਕਮਾਂਡਰ ਕੋਲੋਂ ਆਖਰੀ ਖੁਆਇਸ਼ ਪੁੱਛਦਾ, ਉਹ ਕਹਿੰਦਾ ਕਿ ਮੈਨੂੰ ਪਾਣੀ ਲਿਆ ਕੇ ਦਿੱਤਾ ਜਾਏ। ਔਰ ਸੁਲਤਾਨ ਕੋਲੋਂ ਵਾਅਦਾ ਲੈਂਦਾ ਕਿ ਜਦੋਂ ਤੱਕ ਇਹ ਪਾਣੀ ਮੈਂ ਨਹੀਂ ਪੀਊਂਗਾ ਤੂੰ ਮੈਨੂੰ ਕਤਲ ਨਹੀਂ ਕਰੇਗਾ। ਖੈਰ ਉਹ ਜਦੋਂ ਸੁਲਤਾਨ ਉਹਦੇ ਨਾਲ ਵਾਅਦਾ ਕਰਦਾ, ਉਹ ਪਾਣੀ ਚੁੱਕ ਕੇ ਸਾਈਡ 'ਤੇ ਰੱਖ ਦਿੰਦਾ ਹੈ। ਇਸ ਸਰਕਤ 'ਤੇ ਸੁਲਤਾਨ ਉਸਨੂੰ ਮਾਫ਼ ਕਰ ਦਿੰਦਾ, ਲੇਕਿਨ ਜਿਹੜਾ ਸ਼ੇਰ ਸਿੰਘ ਹੁੰਦਾ ਉਹ ਚਾਲ ਚੱਲਦਾ ਔਰ ਸ਼ਰਾਬ ਵਿੱਚੋਂ ਪਾਣੀ ਮਿਲਾ ਕੇ ਉਸ ਕਮਾਂਡਰ ਨੂੰ ਪਿਲਾ ਦਿੰਦਾ ਔਰ ਉਸਨੂੰ ਕਤਲ ਕਰ ਦਿੰਦਾ। ਸ਼ੇਰ ਸਿੰਘ ਔਰ ਸੁਲਤਾਨ ਬਗਾਵਤ 'ਤੇ ਉਕਸਾਉਂਦੇ ਨੇ ਫੌਜੀਆਂ ਨੂੰ। ਫੌਜੀ ਕੇ ਜਿਹੜੇ ਸਿੱਖ ਔਰ ਮੁਸਲਮਾਨ ਹੁੰਦੇ ਨੇ ਉਹ ਬਗਾਵਤ 'ਤੇ ਅਮਾਦਾ ਹੋ ਜਾਂਦੇ ਨੇ, ਬਗਾਵਤ ਕਰ ਦਿੰਦੇ ਨੇ। ਜਿਹੜੀ ਅੰਗਰੇਜ਼ ਫੌਜ ਆਉਂਦੀ ਉਹ ਪਿੰਡ 'ਤੇ ਹਮਲਾ ਕਰ ਦਿੰਦੀ ਹੈ ਔਰ ਸ਼ੇਰ ਸਿੰਘ ਕਤਲ ਹੋ ਜਾਂਦਾ ਔਰ ਜਨਤੇ ਕਤਲ ਹੋ ਜਾਂਦੀ ਹੈ, ਪ੍ਰੀਤੋਂ ਕਤਲ ਹੋ ਜਾਂਦੀ ਹੈ। ਤਾਂ ਸੁਲਤਾਨ ਹੁੰਦਾ ਸਾਰਿਆਂ ਨੂੰ ਮਾਰ ਕੇ ਉਹ ਫਤਿਹ ਦਾ ਪਰਚਮ ਲਹਿਰਾ ਦਿੰਦਾ। ਇਹ ਫਿਲਮ ਯੂਟਿਊਬ 'ਤੇ ਮੌਜੂਦ ਹੈ, ਤੁਸੀਂ ਜਾ ਕੇ ਵੇਖ ਸਕਦੇ ਹੋ। ਅਗਰ ਤੁਹਾਨੂੰ ਮੇਰੀ ਮਾਲੂਮਾਤ ਅੱਛੀ ਲੱਗੀ ਹੋਵੇ ਮੇਰੇ ਚੈਨਲ ਲਾਈਕ ਕਰੋ, ਸਬਸਕ੍ਰਾਈਬ ਕਰੋ ਅਤੇ ਸ਼ੇਅਰ ਕਰੋ। ਅਤੇ ਨੈਕਸਟ ਵੀਡੀਓ ਤੱਕ ਰੱਬ ਰਾਖਾ।